ਇਹ ਆਪਣੀਆਂ ਚੀੜੀਆਂ ਪਾਲੀਆਂ ਹੋਈਆਂ। ਇਹ ਖੇਤ ਵਿੱਚ ਹੀ ਰਹਿੰਦੀਆਂ। ਜੋ ਕਿ ਬਾਜਰੇ ਦੀ ਫਸਲ ਵਿੱਚੋਂ ਜੋ ਬਾਜਰਾ ਪੱਕ ਜਾਂਦਾ ਉਹਨਾਂ 'ਚ ਚਰਦੀਆਂ। ਹਾਂ। ਅੱਜ ਨਹੀਂ ਮਿਲਿਆ ਕੁਛ। ਆਜੋ ਉੱਪਰ। ਚਲੋ। ਇਹ ਦੇਖੋ ਜੀ ਬਾਜਰਾ ਵੱਢ ਕੇ ਅਸੀਂ ਬਾਜਰਾ ਬੀਜਿਆ ਸੀਗਾ। ਤਕਰੀਬਨ ਇਨੂੰ ਹੋ ਗਏ ਐ ਲਗਭਗ 25 ਕ ਦਿਨ ਹੋ ਗਏ ਇਹਨੂੰ ਤੇ ਬਾਜਰਾ ਹੁਣ ਵੈਸੇ ਪਸ਼ੂਆਂ ਨੂੰ ਚਾਰਨ ਨਾਲ ਹੋ ਗਿਆ ਤੇ ਅੱਗੇ ਚੱਲਦੇ ਆਂ ਅਸੀਂ ਹੁਣ ਇਸ ਤੋਂ ਅੱਗੇ ਵੀ ਸੋਚਣਾ ਪੈਣਾ ਕਿਉਂਕਿ ਫਸਲਾਂ ਨੂੰ ਹਰਾ ਚਾਰਾ ਤੇ ਜ਼ਰੂਰੀ ਆ ਇਸ ਕਰਕੇ ਹੁਣ ਅਸੀਂ 4 ਅਕਤੂਬਰ ਨੂੰ ਇਹ ਸਰਾਂ ਔਰ ਜਵੀ ਲਾਈ ਸੀ ਦੇਖੋ ਉਗ ਗਈ ਆ ਬਹੁਤ ਵਧੀਆ ਉੱਗੀ ਆ ਜਿਸ ਹਿਸਾਬ ਨਾਲ ਉੱਗੀ ਆ ਮੇਰੇ ਹਿਸਾਬ ਨਾਲ ਨਹੀਂ ਬਸੇਨ ਹੋਣ ਦੇਗੀ ਬੜਾ ਤਗੜਾ ਜਮ ਹੈ ਅੱਛਾ ਇਹ ਹੁਣ ਤਕਰੀਬਨ ਅੱਜ 11 ਐ ਤੇ ਹੋ ਗਏ ਇਹਨੂੰ 8 ਕ ਦਿਨ 8 9 ਦਿਨ ਹੋ ਗਏ ਆ ਤੇ 24 25 ਤੱਕ ਇਹਨੂੰ ਨਾ ਪਾਣੀ ਲਾਵਾਂਗੇ ਥੋੜੇ ਬੱਜ ਜੇਗੀ ਔਰ ਜਿਹੜਾ ਬਾਜਰਾ ਹੈ ਇਹ ਬਾਜਰਾ ਤੱਕ ਖਤਮ ਹੋ ਜਾਣਾ ਇਹਨੂੰ ਬਾਹ ਕੇ ਇਕੱਠੇ ਪਾਣੀ ਲਾ ਦਾਂਗੇ ਫਿਰ ਬਾਜਰੇ ਚ ਬਰਸੀਨ ਛੋੜ ਦਵਾਂਗੇ ਬਾਜਰੇ ਦੀ ਜਗ੍ਹਾ ਤੇ ਔਰ ਨਾਲ ਹੀ ਇਹਦੇ ਚ ਜੈ ਵੀ ਜ ਬਰਸੀਨ ਪਾ ਦਾਂਗੇ ਹੋਰ ਸਾਥੀਓ ਜ਼ਿੰਦਗੀ ਵਿੱਚ ਟਾਈਮ ਪਾਸ ਕਰਨ ਲਈ ਕੁਛ ਨਾ ਕੁਛ ਕਰਨਾ ਪੈਂਦਾ ਹੈ ਠੀਕ ਹੈ ਪੈਸਾ ਜਿੰਨਾ ਮਰਜੀ ਹੈ ਪਰ ਵਕਤ ਫ੍ਰੀ ਰਹਿਣ ਤੇ ਉਹ ਖੁਸ਼ੀ ਨਹੀਂ ਮਿਲਦੀ ਕਿ ਜੋ ਕੁਛ ਆਦਮੀ ਹੱਥੋਂ ਕੁਛ ਕਰਦਾ ਰਹਿੰਦਾ ਹੁਣ ਸਵੇਰੇ ਮੈਂ ਬੱਚੇ ਨੂੰ ਚੜਾ ਕੇ ਬਸ ਸਿੱਧੇ ਇੱਧਰ ਆਇਆ ਕਿਉਂਕਿ ਮੈਂ ਸਬਜ਼ੀ ਵੀ ਲਾ ਰੱਖੀ ਆ ਦੇਖੋ ਇਹ ਦੇਖੋ ਇਹ ਮੇਥੀ ਆ ਮੇਥੀ ਔਰ ਇਹ ਜੀ ਲਾ ਰੱਖੀ ਹੈ ਗਾਜਰਾਂ ਹਜੇ ਛੋਟ ਛੁੱਟੀਆਂ ਹੀ ਆ ਇਹਨਾਂ ਨੂੰ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਉਹ ਮਟਰ ਲਾ ਰੱਖੇ ਆ ਇਹ ਇਹ ਵਾਲੇ ਆ ਦੇਖੋ ਮਟਰ ਬਟਾ ਤੇ ਮੂਲੀਆਂ ਆ ਦੇਖੋ ਮੂਲੀਆਂ ਜੀ 15-20 ਦਿਨ ਤੱਕ ਸ਼ਾਇਦ ਖਾਣ ਵਾਲੀ ਹੋ ਜਾਣ ਇਹ ਪਾਲਕ ਪਾਲਕ ਬਰਲੀ ਐ ਮੈਂ ਫਿਰ ਵੀ ਵਿੱਚ ਵਿੱਚ ਲਾਤੀ ਹੈ ਤੇ ਹੁਣ ਅੱਗੇ ਚੱਲਦੇ ਆ ਇਹ ਹੈ ਧਨੀਆ ਧਨੀਆ ਲਈ ਢੁਗਦਾ ਪਰ ਆਹ ਲਾ ਪਿਆ ਹੁਣ ਨਜ਼ਰਾਂ ਲਾ ਪਿਆ ਹੋ ਜਾਣਾ ਇਹ ਮੈਂ ਬਾਜਰੇ ਵਿੱਚੋਂ ਨਾ ਗੁਆਰ ਫਲੀ ਇਹ ਤੋਂ ਬੂਟੇ ਪੁੱਟ ਕੇ ਲਾਏ ਹੀ ਗਏ 5 ਲਾਏ ਪਰ 4 ਚੱਲ ਪਏ ਆ ਇੱਕ ਸ਼ਾਇਦ ਮੁਰਝਾ ਆ ਗਿਆ ਹੈ ਤਾਂ ਚਲੋ 4 ਵੀ ਚੱਲ ਜਾਂ ਤਾਂ ਠੀਕ ਹੈ ਕੱਲ ਮੈਂ ਆਹੀਂ ਛੋਟੇ ਬ੍ਰਦਰ ਨਾਲ ਸਪਾਈ ਕਰਾਈਏ ਦੇਖੋ ਹੁਣ ਛੋਟਾ ਬ੍ਰਦਰ ਵੀ ਉਹਦਾ ਹਲਦੀ ਲੱਗੀ ਹੈ ਵਧੀਆ ਤੇ ਛੋਟੇ ਬ੍ਰਦਰ ਨਾਲ ਸਪਾਈ ਕਰਾਈ ਉਹਨੂੰ ਵੀ ਪ੍ਰਸਾਹਿਤ ਕੀਤਾ ਕਿ ਸਬਜ਼ੀ ਲਾ ਕੇ ਹੁਣ ਦੇਖੋ ਹੁਣ ਤਿਆਰ ਕੀਤੀ ਆ ਦੇਖੋ ਇਹ ਕੱਲ ਤਿਆਰ ਕੀਤੀ ਇਹ ਬੈਂਗਣ ਉਹਦੇ ਪਹਿਲੇ ਲਾਏ ਇੱਥੇ ਜੀ ਅਸੀਂ ਉਹਨੇ ਲਾਈ ਸੀਗੇ ਕ੍ਰੇਲੇ ਔਰ ਟੋਰੀ ਦੀ ਬੇਲਾਂ ਲਾਈਆਂ ਸੀ ਇਹ ਜੀ ਹੁਣ ਪੁੱਟ ਦਿੱਤੀਆਂ ਦੇਖੋ ਇਹ ਇਹਦੇ ਥੱਲੇ ਸੀ ਠੀਕ ਹੈ ਇਹਦੇ ਥੱਲੇ ਸੀਗੇ ਤੇ क्या हो कि कुदरत ने थोड़ा धोखा कर दिता ये देखो। ये बैंगन जी ये बैंगन है तो इत लगी इत करेले और तोरी लगी हुई थी और तोरी तोड़ लगा तो तोरी सप्प बैठा सी जो कि नाग देवता कहें दे। ਨਾਗ ਦੇਵਤਾ ਨੂੰ ਕੀ ਹੈ ਕਿ ਉਹ ਸੋਝ ਰਿਹਾ ਕਿ ਮੈਨੂੰ ਖਰੇ ਫੜਨ ਲਾਇਆ ਹੈ ਉਹਨੇ ਦੱਸ ਦਿੱਤਾ ਦੱਸ ਦਿੱਤਾ ਤੇ ਫਿਰ ਉਹਨਾਂ ਥੋੜੇ ਮਹਿਸੂਸ ਕਰਦਾ ਕਮੀ ਸਰੀਰ ਵਿੱਚ ਨਾ ਥੋੜੀ ਕਮੀ ਮਹਿਸੂਸ ਕਰਦਾ ਇਸ ਕਰਕੇ ਉਹਨੇ ਹੱਲਾ ਚੱਲਾ ਨਹੀਂ ਕੀਤਾ ਕਿ ਮੈਂ ਵੀ ਸਬਜ਼ੀ ਲਾਵਾਂ ਪਰ ਕੱਲ ਆਇਆ ਸੀਗਾ ਤਾਂ ਹੀ ਉਹ ਨਾਲ ਮਣੀ ਮੋਟੀ ਗਡਾ ਗਡੂ ਕੇ ਬੋਲਤਾ ਕਿ ਹੁਣ ਲਾ ਦੇ ਠੀਕ ਹੈ ਤੋ ਹੁਣ ਇਹ ਉਹਨਾਂ ਨੇ ਵੀ ਸਬਜੀ ਲਾ ਦਣੀ ਹੈ ਸਬਜੀ ਦੇ ਬਹਾਨੇ ਬੰਦਾ ਖੇਤਾ ਜਾ ਜਾਂਦਾ ਸਵੇਰੇ ਹੋਰ ਕੀ ਚਲੋ ਓਕੇ ਜਿੱਦਾਂ ਜਿੱਦਾਂ ਸਬਜੀ ਬਧੇਗੀ ਮੈਂ ਤੁਹਾਨੂੰ ਦੱਲਦਾ ਰਾਵਾਂਗਾ ਔਰ ਤੁਸੀਂ ਮੇਰੀਆਂ ਵੀਡੀਓਂ ਦੇਖੋ ਜੋ ਕਿ ਵੀਡੀਓ ਦੇਖੋਗੇ ਤਾਂ ਮੇਰਾ ਵੀ ਉਤਸ਼ਾਹ ਵੜੇਗਾ ਔਰ ਕਮੈਂਟ ਕਰਿਓ ਲਾਈਕ ਜਰੂਰ ਕਰਿਓ ਠੀਕ ਹੈ ਮੈਂ ਤੁਹਾਡਾ ਭਰਾ ਫੌਜੀ सुरेंद्र ਸਿੰਘ ਓਕੇ ਬਾਏ ਗੁੱਡ ਮਾਰਨਿੰਗ